ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਤ ਇੱਕ ਡੇਢ ਵਜੇ ਦਾ ਕੰਮ ਚਾਲੂ ਹੋਇਆ ਜੀ, 2 ਵੱਜ ਗਏ ਆ। ਇੰਨੀ ਜ਼ਿਆਦਾ ਸਪੀਡ ਨਾਲ ਹਵਾ ਚੱਲ ਰਹੀ ਨਾ, ਸੌਂਦੀਆਂ ਹੋਣੀਆਂ ਕਿ ਨੀਂਦ ਆਉਣੀ ਔਖੀ ਹੋ ਗਈ ਹੈ ਸਰੀਰ ਦਾ, ਅਤੇ ਮੀਂਹ ਵੀ ਪੂਰਾ ਪੈ ਰਿਹਾ ਆ। ਬਹੁਤ ਜ਼ਿਆਦਾ ਸਪੀਡ ਹੈ, ਯਾਨੀ ਕਿ ਅਸੀਂ ਬਾਹਰ ਨਹੀਂ ਜਾ ਰਹੇ, ਬਾਹਰ ਮੀਂਹ ਪੈ ਰਿਹਾ ਆ, ਅਤੇ ਬੰਦਾ ਯਾਨੀ ਕਿ ਪੂਰਾ ਹਿਲਦਾ ਆ ਗਿਆ। ਤੁਸੀਂ ਸਿੰਘ ਬਹੁਤ ਜ਼ਿਆਦਾ ਆ, ਜਿਹਨੂੰ ਤੂਫਾਨ ਕਹਿੰਦੇ ਆ ਉਹ ਆ ਪੂਰਾ, ਉਹ ਤੋੜ ਕੇ ਉੱਥੇ ਜਾ ਸਕਦਾ ਨਾ ਬਾਥਰੂਮ ਜਿਵੇਂ। ਠੰਡ ਤਾਂ ਲੱਗ ਗਈ ਸੀ, ਲਾਈਟ ਗਈ ਪਈ ਆ, ਮੈਨੂੰ ਲੱਗਦਾ ਨਹੀਂ ਦਿਨ ਪੂਰਾ ਲਾਈਟ ਆਉਂਦੀ ਸਵੇਰ ਨੂੰ ਖੁੱਲ੍ਹੀ ਗਈ। ਗੁਰੂ ਨਿਸ਼ਾਨ ਤੋਂ ਬਹੁਤ ਜ਼ਿਆਦਾ ਨੁਕਸਾਨ ਕਰੂਗਾ। ਹਾਂ ਸਵੇਰ ਨੂੰ ਦਿਖਾ, ਸਹੀ ਗੱਲ ਹੈ। ਇਹਦਾ ਮਾੜਾ ਵੀ ਜਦੋਂ ਘਰ ਸਹੀ ਦੇਵੇ ਜੀਵ ਦਾ ਬਸ ਇੱਦਾਂ ਦੇ ਤੂਫਾਨ ਦੇ ਵਿੱਚ। ਆਪਾਂ ਨਾ ਉੱਥੋਂ ਦੌੜ ਕੇ ਬਾਥਰੂਮ 'ਚ ਆਏ ਹਾਂ, ਬਹੁਤ ਜ਼ਿਆਦਾ ਸਪੀਡ ਆ। ਮਾਤਾ ਜੀ ਵੀ ਉੱਠ ਗਿਆ, ਹਾਂਜੀ ਮੰਮੀ ਵੀ ਉੱਠ ਕੇ ਆ ਗਏ ਉੱਥੇ, ਕਿਉਂਕਿ ਉੱਪਰ ਸ਼ੈੱਡ ਹੋਣ ਦੇ ਕਾਰਨ ਜਦੋਂ ਹਵਾ ਛੂਕਦੀ ਆ ਤਾਂ ਥੱਲੇ ਬਹੁਤ ਜ਼ਿਆਦਾ ਆਵਾਜ਼ ਸੁਣਦੀ ਆ। ਗਿਆ ਉੜਦਾ ਹਟਿਆ, ਅੱਜ ਘੁੰਮਦਾ ਹਟਿਆ ਮੈਂ ਕੱਲ ਬਾਬਾ ਅੱਗੇ। ਤੂਫਾਨ ਥੋੜਾ ਜਿਹਾ ਘੱਟ ਗਿਆ ਤੇ ਬੱਦਲ ਬਹੁਤ ਜ਼ਿਆਦਾ ਗੜਕਦਾ ਪਿਆ ਜੀ, ਬਹੁਤ ਜ਼ਿਆਦਾ। ਹਨੇਰੀ ਥੋੜ੍ਹੀ ਘੱਟ ਗਈ, ਹੁਣ ਹਨੇਰੀ ਘੱਟ ਗਈ ਥੋੜ੍ਹੀ ਜਿਹੀ। ਲਿਖਦਾ ਪਿਆ ਮੀਂਹ ਆ, ਦੇਖੋ ਲਿਖਦਾ ਵੀ ਗੜਕਦਾ ਵੀ ਹੁਣ ਪੂਰਾ ਆ, ਉੱਪਰ ਦੇਖ ਆਵਾਜ਼ ਗੜਕਣ ਦੀ। ਲਓ ਜੀ ਇੱਥੇ ਸੀਗਾ ਪ੍ਰੋਗਰਾਮ, ਪੂਰੀ ਲਿਸ਼ਕਦੀ ਪਈ ਹੈ, ਲਹਿਰ ਹੋ ਜਾਂਦੀ, ਪੈਂਟ ਪੂਰਾ ਦੀਦਾ ਜੀ।
ਕੈਮਰੇ ਦੀ ਫਲੈਸ਼ ਤੋਂ ਘੱਟ ਨਹੀਂ ਇੱਥੇ ਜਿੰਨੀ ਬਿਜਲੀ ਲਸ਼ਕਦੀ ਪਈ ਆ ਅਤੇ ਲਗਾਤਾਰ ਬੱਦਲ 10 ਕੁ ਮਿੰਟ ਹੋ ਗਏ ਅਤੇ ਗੜਕ ਜਾਂਦੇ ਆ ਇਸ ਮਹੀਨੇ ਬਰਸਾਤ ਦੇਖੀ ਸੀ ਜੀ ਚਲੋ ਪੂਰਾ ਕਲਾਈਮੇਟ ਚੇਂਜ ਹੋਇਆ ਪਿਆ ਪੂਰਾ ਕਲਾਈਮੇਟ ਹੈ ਉਹ ਲੈ ਉਹ ਬੂਹਾ ਖੁੱਲ੍ਹਾ ਰਹਿ ਗਿਆ ਹਨੇਰਾ ਛਾਇਆ ਹੋਇਆ ਪੂਰੇ ਪਿੰਡ 'ਚ ਬਸ ਬੱਦਲਾਂ ਦੀ ਗੜਗੜਾਹਟ ਅਤੇ ਬਿਜਲੀ ਦਾ ਚਮਕਣਾ ਬਾਦ ਦਸਤੂਰ ਜਾਰੀ ਆ ਸੁਣ ਕੇ ਤਾਂ ਲੱਗਦਾ ਇਹ ਤਾਂ ਬਹੁਤ ਕੁਛ ਚੇਂਜ ਹੋ ਰਿਹਾ ਉੱਪਰ ਬੱਦਲਾਂ ਦੇ ਵਿੱਚ ਲਗਾਤਾਰ ਆਵਾਜ਼ਾਂ ਗੜਗੜਾਹਟ ਦੀਆਂ ਇਸੇ ਤਰ੍ਹਾਂ ਆ ਰਹੀਆਂ ਆ ਲਗਾਤਾਰ